ਅੱਛਾ ਇਹ ਤੁਸੀਂ ਮਜਾਵਰ ਹੋ ਨਾ ਇਥੋਂ ਦੇ ਇੱਕ ਚੀਜ਼ ਕਲੀਅਰ ਕਰ ਦਿਓ ਅਸੀਂ ਜਦੋਂ ਸਿਆਲਕੋਟੋਂ ਪਿੰਡੋਂ ਆਏ ਸੀ ਨਾ ਤੇ ਅਸੀਂ ਸੁਣਦੇ ਸੀ ਕਿ ਇੱਥੇ ਦੋ ਕਬਰਾਂ ਨੇ ਮਾਈ ਹੀਰ ਸਾਹਿਬਾ ਦੀ ਤੇ ਮੀਆਂ ਰਾਂਝਾ ਜੀ ਦੀਆਂ ਤੇ ਉਹ ਉਹਨਾਂ ਦਾ ਕੱਪੜਾ ਵੀ ਮਾਈ ਹੀਰ ਸਾਹਿਬਾ ਦਾ ਬਾਹਰ ਇੱਥੇ ਅਸੀਂ ਆਏ ਹਾਂ ਤੇ ਇੱਕੋ ਹੀ ਕਬਰ ਹੈ ਇਹਦੇ ਬਾਰੇ ਥੋੜੀ ਰੋਸ਼ਨੀ ਪਾ ਦਿਓ ਕਿ ਉਹਦੇ ਬੇਟਾ ਹੈ ਕਿ ਇਹ ਦੋਵਾਂ ਦੀ ਇੱਕ ਹੀ ਮਜ਼ਾਰ ਹੈ ਕਿਸੇ ਨੇ ਸ਼ਾਇਦ ਤੁਹਾਨੂੰ ਗਲਤ ਦੱਸਿਆ ਕਿਉਂਕਿ ਬਗੈਰ ਇਮਤਿਹਾਨ ਦਿੱਤੇ ਕੋਈ ਪਾਸ ਨਹੀਂ ਹੁੰਦਾ ਬਿਲਕੁਲ ਠੀਕ ਚਾਹੇ ਕੋਈ ਵਕੀਲ ਹੈ ਜੱਜ ਹੈ ਕੋਈ ਵਜ਼ੀਰ ਹੈ ਜੀ ਬੇਸ਼ੱਕ ਕਿਉਂਕਿ ਸਾਰੇ ਪੈਂਡੇ ਕਰਕੇ ਨਾ ਸਾਰੇ ਇਮਤਿਹਾਨ ਦੇ ਕੇ ਜਦੋਂ ਇਸ ਜਗ੍ਹਾ ਪਹੁੰਚਣਾ ਤੇ ਮਾਈ ਦੇ ਰਿਸ਼ਤੇਦਾਰ ਚੰਗਾ ਨਹੀਂ ਸਮਝਦੇ ਸੀ ਉਹ ਸ਼ੱਕ ਕਰਦੇ ਸੀ ਇਹਨਾਂ ਤੇ ਪਰ ਇਹਨਾਂ ਦਾ ਸਿਲਸਿਲਾ ਹੋਰ ਸੀ ਅੱਲਾ ਨਾਲ ਡਾਇਰੈਕਟ ਸੀਗਾ ਰਾਬਤਾ ਇਹਨਾਂ ਫਿਰ ਦੁਆ ਕੀਤੀ ਬਾਰੇ ਤਾਲਾ ਦੁਸ਼ਮਣ ਹੋਏ ਜਿਹੜੇ ਮਾਰਨ ਵਾਸਤੇ ਆ ਗਏ ਨੇ ਦਿਲਾਂ ਦਾ ਬੇਤ ਅੱਲਾ ਤਾਲਾ ਤੁਸੀਂ ਜਾਣਦੇ ਹੋ ਅੱਲਾ ਤਾਲਾ ਹਰ ਕਿਸੇ ਦੇ ਪੇ ਜਾਂਦਾ ਅਗਰ ਇਸ਼ਕ ਸਾਡਾ ਸੱਚਾ ਨਾ ਮੁਹੱਬਤ ਪਾ ਕੇ ਬਾਰੇ ਤਾਲਾ ਸਾਨੂੰ ਜਗ੍ਹਾ ਦਿਓ ਅੱਲਾ ਤਾਲਾ ਨੇ ਉਹ ਦੁਸ਼ਮਣਾਂ ਦੇ ਸਾਹਮਣੇ ਦੁਆ ਕਬੂਲ ਕੀਤੀ ਇਸੇ ਜਗ੍ਹਾ ਜ਼ਮੀਨ ਖੁੱਲ ਕੇ ਦੋਵੇਂ ਥੱਲੇ ਉਤਰ ਗਏ ਜਦੋਂ ਜ਼ਮੀਨ ਇਕੱਠੀ ਹੋਣ ਲੱਗੀ ਨਾ ਉਸ ਵੇਲੇ ਚਾਦਰ ਦਾ ਪੱਲੂ ਕੁਦਰਤੀ ਬਾਹਰ ਸੀ ਮਾਈ ਸਾਲੂ ਜੀ ਨੂੰ ਕਹਿੰਦੇ ਹਾਂਜੀ ਠੀਕ ਤੇ ਜਦੋਂ ਤੇ ਕੱਚੀ ਕਬਰ ਰਹੀ ਉਹ ਪੱਲੂ ਬਾਹਰ ਰਿਹਾ ਫਿਰ ਪੱਕੀ ਕਬਰ ਬਣਾਈ ਗਈ ਫਿਰ ਉਹ ਕੱਪੜਾ ਵਿਛੜਾ ਇਹ ਪੱਕੀ ਤਕਰੀਬਨ ਜਿਹੜਾ ਕੱਪੜਾ ਅੰਦਰ ਹੋਇਆ ਇਹ ਕਿੰਨੇ ਕੁ ਸਾਲ ਪਹਿਲੇ ਦੀ ਗੱਲ ਹੈ ਇਹ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ ਕੱਚੀ ਕਬਰ ਸੀਗੀ 50 ਸਾਲ ਪਹਿਲੇ ਅੱਛਾ ਅੱਛਾ ਉਹ 40 ਸਾਲ 45 ਸਾਲ ਪਹਿਲੇ ਉਹ ਤੇ ਇਹ ਜਿਹੜਾ ਉੱਤੇ ਆ ਵੇਖੋ ਨਾ ਛੱਤ ਵੀ ਨਹੀਂ ਹੈ ਛੱਤ ਦਾ ਇਹ ਕਿ ਗੁੰਮਤ ਇਹਦਾ ਤਿੰਨ ਦਫਾ ਬਣਾਇਆ ਗਿਆ ਗੁੰਮਤ ਨਹੀਂ ਛੱਤ ਨਹੀਂ ਠਹਿਰਦੀ ਇਹਨਾਂ ਦੇ ਉੱਤੇ ਨਹੀਂ ਠਹਿਰਦੀ ਤਿੰਨ ਦਫਾ ਬਣਾਇਆ ਗਿਆ ਤਿੰਨੇ ਵਾਰੀ ਇਹ ਗੁੰਮਤ ਚੱਕਿਆ ਗਿਆ ਕਿ ਹਵਾਈ ਚੀਜ਼ ਪਈ ਹੈ ਜਿਨਾਤ ਨੂੰ ਚੱਕ ਕੇ ਬਾਹਰ ਸਕਦੇ ਇਹ ਵੀ ਅਸੀਂ ਸੁਣਿਆ ਜਦੋਂ ਅਸੀਂ ਆਏ ਹਾਂ ਕਿ ਬਾਰਿਸ਼ ਹੁੰਦੀ ਤੇ ਇਸ ਜਗ੍ਹਾ ਤੇ ਬਾਰਿਸ਼ ਨਹੀਂ ਬਾਰਿਸ਼ ਹੈ ਕਿ ਬਾਰਿਸ਼ ਅੱਲਾ ਦੀ ਰਹਿਮਤ ਆਂਦੀ ਹੈ ਮਗਰ ਫਰਕ ਇਤਨਾ ਜਿੱਥੇ ਉਹ ਬੱਚੇ ਖਲੋੜਦੇ ਨਾ ਸਾਈਡਾਂ ਤੇ ਤੇਜ਼ ਬਾਰਿਸ਼ ਡਿੱਗੇਗੀ ਕੱਪੜੇ ਪੈ ਜਾਣਗੇ ਇਹ ਕਬਰ ਦੇ ਉੱਤੇ ਹੱਥ ਕਰੋਗੇ ਤੇ ਇਸ ਤੇ ਮਾੜੀ ਮਾੜੀ ਫੁਹਾਰ ਪੈਣੀ ਸੁਭਾਨ ਅੱਲਾ ਠੀਕ ਹੈ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਅੱਲਾ ਤਾਲਾ